ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਲਕੱਤੇ ਜਰਨਲ ਸਕੱਤਰ ਜਗਦੀਪ ਸਿੰਘ ਕਾਲੋ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ ਵਿੱਚ 11 ਮੈਂਬਰੀ ਕਮੇਟੀ ਵਿੱਚ ਸਿਆਸੀ ਆਗੂਆਂ ਨੂੰ ਸ਼ਾਮਲ ਕਰਨ ਦਾ ਤਿੱਖਾ ਵਿਰੋਧ ਕੀਤਾ ਹੈ। ਉਨਾ ਕਿਹਾ ਹੈ ਕਿ ਇਸ ਕਮੇਟੀ ਵਿੱਚ ਸਿਰਫ ਕੌਮ ਦੇ ਧਾਰਮਿਕ ਆਗੂ ਹੀ ਸ਼ਾਮਲ ਹੋਣੇ ਚਾਹੀਦੇ ਨੇ ਪਰ ਐਸਜੀਪੀਸੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇਹਨਾਂ ਦੀ ਪਾਰਟੀ ਦੇ ਦਿੱਲੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਨੂੰ ਇਸ ਕਮੇਟੀ ਵਿੱਚ ਕਿਉਂ ਸ਼ਾਮਲ ਕੀਤਾ ਹੈ ਉਹਨਾਂ ਨੇ ਵੀ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜ਼ਾਰੀ ਹੁਕਮਾਂ ਦੀ ਪਾਲਣਾ ਕੀਤੀ ਹੈ ਸ਼੍ਰੀਕਾਲ ਤੱਕ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ 9 ਮੈਂਬਰੀ ਕਮੇਟੀ ਬਣਾਈ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਇਸ ਵਿੱਚ ਦੋ ਹੋਰ ਮੈਂਬਰਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਪਰ ਇਹਨਾਂ ਤੋਂ ਕੋਈ ਵੀ ਸਲਾਹ مشورہ ਨਹੀਂ ਕੀਤਾ ਗਿਆ। ਇਹ ਕਮੇਟੀ ਬਣਾਉਣ ਵਕਤ ਸਾਡੇ ਕੋਲੋਂ ਪੁੱਛਿਆ ਤੱਕ ਵੀ ਨਹੀਂ ਗਿਆ ਕਿ ਇਹਦੇ ਵਿੱਚ ਕਿਹੜੇ-ਕਿਹੜੇ ਮੈਂਬਰ ਪਾਏ ਜਾਣ। ਉਸ ਤੋਂ ਬਾਅਦ ਅਚਾਨਕ ਅਗਲੇ ਦਿਨ ਦੋ ਮੈਂਬਰ ਹੋਰ ਦੇ ਵਿੱਚ ਐਡ-ਆਨ ਹੋਰ ਹੋ ਜਾਂਦੇ ਆ ਔਰ ਉਹ ਬੰਦੇ ਜਿਨ੍ਹਾਂ ਦੇ ਖਿਲਾਫ ਅਸੀਂ ਇਤਰਾਜ਼ ਵੀ ਜ਼ਾਹਿਰ ਕੀਤਾ ਔਰ ਮੀਡੀਆ ਨੂੰ ਅਸੀਂ ਪਹਿਲੇ ਵੀ ਸੰਬੋਧਨ ਕਰ ਚੁੱਕੇ ਹਾਂ ਕਿ ਸਰਦਾਰ ਰਫਤਾਰ ਸਿੰਘ ਹਿਤ ਨੂੰ ਜਦੋਂ ਉਹਨਾਂ ਨੇ ਐਡ-ਆਨ ਕੀਤਾ ਤੇ ਅਸੀਂ ਉਹਦੇ ਉੱਤੇ ਆਪਣਾ ਇਤਰਾਜ਼ ਜ਼ਾਹਿਰ ਕੀਤਾ। ਉਹਨਾਂ ਪਰਮਜੀਤ ਸਿੰਘ ਸਰਨਾ ਤੇ ਵੀ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪੱਖਪੂਰਨ ਦੇ ਦੋਸ਼ ਲਾਏ ਨੇ। ਉਹਨਾਂ ਅਫਸੋਸ ਜ਼ਾਹਿਰ ਕੀਤਾ ਹੈ ਕਿ ਮੰੰਦੇ ਭਾਗਾਂ ਨੂੰ ਅਜਿਹਾ ਲੱਗ ਰਿਹਾ ਹੈ ਕਿ ਇਹ ਕੋਸ਼ਿਸ਼ ਬੰਦੀ ਸਿੰਘਾਂ ਦੀ ਰਿਹਾਈ ਦੀ ਨਾ ਹੋ ਕੇ ਇੱਕ ਸਿਆਸੀ ਪਾਰਟੀ ਦੇ ਬਚਾ ਲਈ ਕੀਤੀ ਜਾ ਰਹੀ ਕੋਸ਼ਿਸ਼ ਹੈ। ਸਰਦਾਰ ਸਰਨਾ ਸਾਹਿਬ ਨੇ ਇਹਦੇ ਉੱਤੇ ਆਪਣੀ ਵੀਡੀਓ ਦੇ ਵਿੱਚ ਕੋਈ ਗੱਲ ਨਹੀਂ ਕੀਤੀ। ਉਹਨਾਂ ਨੇ ਕੋਈ ਗੱਲ ਉੱਥੇ ਤੱਕ ਦੀ ਰੱਖੀ ਕਿ ਆਪੋਜੀਸ਼ਨ ਦਾ ਮੈਂਬਰ ਪਾ ਲਿਆ ਜਾਏ ਔਰ ਆਪਣਾ ਮੈਸਰਨਾ ਸਾਹਿਬ ਕੋਲ ਪੁੱਛਣਾ ਚਾਹੁੰਦਾ ਕਿ ਜਿਹੜੀ ਪੰਥ ਦੀ ਇੱਕ ਜਥੇਬੰਦੀ ਬਣ ਰਹੀ ਆ ਜਿਹੜੇ ਬੰਦੀ ਸਿੰਘਾਂ ਦੀ ਲੜਾਈ ਲੜਨੀ ਹੈ ਉਹਦੇ ਵਿੱਚ ਆਪਣਾ ਕਿਹੜਾ ਤੇ ਪਰਾਇਆ ਕਿਹੜਾ ਦੀ ਡੈਫੀਨੇਸ਼ਨ ਵੀ ਤੁਸੀਂ ਦੱਸ ਦਿਓ। ਜਿਨ੍ਹਾਂ ਬਾਦਲਾਂ ਨੂੰ ਤੁਸੀਂ ਪਿਛਲੇ 25 ਸਾਲਾਂ ਤੋਂ ਬਾਦਲ ਕੇ ਬਾਦਲ ਕੇ ਕਹਿੰਦੇ ਸੀ ਪਰਸੋ ਬੜੀ ਹੈਰਾਨੀ ਦੀ ਗੱਲ ਬਾਦਲ ਸਾਹਿਬ ਤੋਂ ਘੱਟ ਤੁਸੀਂ ਉਹਨਾਂ ਦਾ ਉਹਨਾਂ ਨੂੰ ਬੋਲਿਆ ਨਹੀਂ ਉਹਨਾਂ ਦੀ ਹਰ ਗੱਲ ਦੇ ਤੁਸੀਂ ਵਕੀਲ ਬਣ ਕੇ ਉਹਨਾਂ ਦਾ ਜਵਾਬ ਦਿੱਤਾ ਜਿੱਥੇ ਮੈਂ ਗੱਲ ਧਾਮੀ ਸਾਹਿਬ ਨਾਲ ਕਰ ਰਿਹਾ ਸੀ ਤਦ ਇਹ ਜਵਾਬ ਦੇ ਰਹੇ ਸੀ ਕਿ ਜੀ ਧਾਮੀ ਸਾਹਿਬ ਨੂੰ ਅਸੀਂ ਇਖਤਿਆਰ ਦਿੰਦੇ ਹਾਂ ਜੋ ਕੱਲ ਦੀ ਵੀਡੀਓ 'ਚ ਵੀ ਇਹਨਾਂ ਨੇ ਬੋਲਿਆ ਕਿ ਜੀ ਮੈਂ ਬੋਲਿਆ ਤੇ ਸਾਰਿਆਂ ਨੇ ਮੇਰੇ ਨਾਲ ਉਹਦੇ ਨਾਲ ਇਤفاق ਰੱਖਿਆ ਕਿਸੇ ਨੇ ਇਤفاق ਰੱਖਣ ਦੀ ਕੋਈ ਗੱਲ ਨਹੀਂ ਕੀਤੀ ਕਿਉਂਕਿ ਸਰਨਾ ਸਾਹਿਬ ਆਪ ਹੀ ਸਵਾਲ ਤੇ ਆਪ ਹੀ ਜਵਾਬ ਉੱਥੇ ਕਰ ਰਹੇ ਸੀ ਉਨਾ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਦੇ ਖਿਲਾਫ ਵੀ ਹਮਲਾ ਬੋਲਿਆ ਤੇ ਇਹਨਾਂ ਤੋਂ ਇਲਾਵਾ ਸੁਮੇਦ ਸਿੰਘ ਸੈਣੀ ਵਰਗੇ ਅਫਸਰਾਂ ਨੂੰ ਵੀ ਆਪਣੇ ਲਪੇਟੇ ਵਿੱਚ ਲੈਂਦੇ ਹੋਏ ਇਹ ਕਿਹਾ ਕਿ ਦਿੱਲੀ ਕਮੇਟੀ ਨੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ੋਮਣੀ ਕਮੇਟੀ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ 83 ਵਿਅਕਤੀ ਕਮੇਟੀ ਵਿੱਚੋਂ ਬਾਹਰ ਕੀਤੇ ਜਾਣੇ ਚਾਹੀਦੇ ਨੇ ਪਰ ਜੇਕਰ ਉਹਨਾਂ ਦੀ ਗੱਲ ਨਾ ਸੁਣੀ ਤਾਂ ਫਿਰ ਇਸ ਮਾਮਲੇ ਦੇ ਵਿੱਚ ਦਿੱਲੀ ਕਮੇਟੀ ਜ਼ਰੂਰ ਰੋਸ ਜ਼ਾਹਰ ਕਰੇਗੀ ਤੁਸੀਂ ਦਿੱਲੀ ਕਮੇਟੀ ਨੂੰ ਬਾਈਪਾਸ ਕਰਕੇ ਇਸ ਕਮੇਟੀ ਦੇ ਵਿੱਚ ਕੰਮ ਕਰਨਾ ਚਾ ਰਹੇ ਹੋ ਇਹਦਾ ਮਤਲਬ ਸਾਫ਼ ਹੈ ਕਿ ਤੁਸੀਂ ਨਾਮੀ ਤੌਰ ਦੇ ਉੱਤੇ ਸਿਰਫ਼ ਇੱਕ ਕਮੇਟੀ ਦੇ ਵਿੱਚ ਤੁਸੀਂ ਦਿੱਲੀ ਕਮੇਟੀ ਨੂੰ ਸ਼ਮੂਲੀਅਤ ਕਰਾਈ ਹੈ ਤੁਸੀਂ ਉਹਦੇ ਸਹਿਯੋਗ ਜਾਂ ਉਹਦੇ ਬਾਰੇ ਕੋਈ ਗੱਲ ਦੀ ਗੱਲ ਨਹੀਂ ਕੀਤੀ ਸੋ ਸਾਡੀ ਕਮੇਟੀ ਨੇ ਕੱਲ ਇੱਕ ਮੀਟਿੰਗ ਕੀਤੀ ਕਿਉਂਕਿ ਸਾਰੇ ਮੈਂਬਰ ਸਾਹਿਬਾਨ ਨੂੰ ਆਪਣੇ ਇਲਾਕੇ ਚੋਂ ਦੇਸ਼ਾਂ ਤੋਂ ਵਿਦੇਸ਼ ਤੋਂ ਇੰਨੇ ਫੋਨ ਆ ਰਹੇ ਨੇ ਕਿ ਕੀ ਇਸ ਕਮੇਟੀ ਦਾ ਹਿੱਸੇਦਾਰ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਨੂੰ ਬੰਨਾ ਚਾਹੀਦਾ ਹੈ ਜਿਹੜੇ ਆਪ ਡਿਪਟੀ ਸੀਐਮ ਰਹਿੰਦੇ ਹੋਏ ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਕੰਮ ਹੋਏ ਨੇ ਉਹਨਾਂ ਨੇ ਕਦੀ ਆਵਾਜ਼ ਨਹੀਂ ਕੀਤੀ ਪੁੱਛ ਚੁੱਕੀ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਜਦ ਕੋਈ ਮੁੱਦਾ ਚੁੱਕਿਆ ਜਾਂਦਾ ਸੀ ਤੇ ਉਹਨਾਂ ਲੋਕਾਂ ਨੂੰ ਚੁੱਕ ਕੇ ਜੇਲਾਂ ਦੇ ਵਿੱਚ ਬੰਦ ਕਰਤਾ ਜਾਂਦਾ ਸੀ ਜੇ ਪਾਵੇ ਬਾਪੂ ਸੂਰਤ ਸਿੰਘ ਵਾਲਿਆਂ ਦੀ ਗੱਲ ਕਰੀਏ ਜਾਂ ਸਰਦਾਰ ਗੁਰਬਖਸ਼ ਸਿੰਘ ਜੀ ਵਾਲਿਆਂ ਦੀ ਗੱਲ ਕਰੀਏ ਸੋ ਇਹ ਕਮੇਟੀ ਦੇ ਮੈਂਬਰ ਸਹਿਬਾਨ ਨੇ ਜਦ ਦਿੱਲੀ ਕਮੇਟੀ ਦੇ ਇਹ ਸਵਾਲ ਸਾਡੇ ਕੋਲ ਪੁੱਛਿਆ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਉਹ ਸ਼ਰੂਮਨੀ ਕਮੇਟੀ ਪ੍ਰਧਾਨ ਨੂੰ ਬਿਲਕੁਲ ਇਹ ਲਿਖਤ ਰੂਪ ਦੇ ਵਿੱਚ ਇਸ ਗੱਲ ਦਾ ਸੰਗਿਆਨ ਦਿੱਤਾ ਹੈ ਦਿੱਲੀ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਰ ਸਿੰਘ ਕਾਲਕਾ ਵੱਲੋਂ ਉਠਾਏ ਗਏ ਸਵਾਲਾਂ ਤੇ ਬੰਦੀ ਸਿੰਘਾ ਦੀ ਰਿਹਾਈ ਲਈ ਬਣਾਈ ਗਈ 11 ਮੈਂਬਰੀ ਕਮੇਟੀ ਵਿੱਚ ਸ਼ਾਮਲ ਕੀਤੇ ਗਏ ਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿੰਘ ਹਿੱਤ ਦੇ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਰਚਾਵਾਂ ਦੇ ਵਿੱਚ ਆ ਗਈ ਹੈ ਤੇ ਹੁਣ ਇਹ ਦੇਖਣਾ ਵਾਲੀ ਗੱਲ ਹੋਏਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜਾ ਰੁਖ ਅਖਤਿਆਰ ਕਰਦਾ ਹੈ ਬਿਊਰੋ ਰਿਪੋਰਟ ਦਾ ਖਾਲਸ ਟੀਵੀ